ਮਾਲਵੇ ਤੋਂ ਕੈਂਸਰ ਦੀ ਬਿਮਾਰੀ ਨੂੰ ਜੜੋਂ ਪੁੱਟਣ ਦੇ ਲਈ ਹੁਣ ਕੈਂਸਰ ਵੈਨ ਜਲਦੀ ਹੀ ਮੁਹਿੰਮ ਛੇੜੇਗੀ। ਕੁਝ ਸਮਾਜਿਕ ਜਥੇਬੰਦੀਆਂ ਦਾ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਨਾਲ ਐਮਓਯੂ ਸਾਈਨ ਹੋਇਆ ਜਿਸ ਦੇ ਤਹਿਤ ਉਹਨਾਂ ਜਥੇਬੰਦੀਆਂ ਵੱਲੋਂ ਯੂਨੀਵਰਸਿਟੀ ਨੂੰ ਕੈਂਸਰ ਵੈਨ ਮੁਹੱਈਆ ਕਰਵਾਈ ਜਾਏਗੀ ਜੋ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰੇਗੀ। ਪੰਜਾਬ ਦੀ ਮਾਲਵਾ ਬੈਲਟ ਕੈਂਸਰ ਦੀ ਬਿਮਾਰੀ ਤੋਂ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੈ। ਹਰ ਸਾਲ ਸੈਂਕੜੇ ਮਰੀਜ਼ਾਂ ਦੀ ਕੈਂਸਰ ਕਰਕੇ ਮੌਤ ਹੁੰਦੀ ਹੈ। ਮਰੀਜ਼ਾਂ ਦੀ ਵੱਡੀ ਗਿਣਤੀ ਦਾ ਕਾਰਨ ਬਿਮਾਰੀ ਦਾ ਜਲਦ ਨਾ ਪਤਾ ਲੱਗਣਾ ਹੁੰਦਾ ਹੈ। ਇਸੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਤੇ ਰੋਟਰੀ ਕਲੱਬ ਫਰੀਦਕੋਟ ਦਿੱਲੀ ਤੇ ਕੌਮਾਂਤਰੀ ਵਿਚਾਲੇ ਐਮਓਯੂ ਸਾਈਨ ਹੋਇਆ ਹੈ। ਇਸ ਐਮਓਯੂ ਜ਼ਰੀਏ ਤਿੰਨਾਂ ਜਥੇਬੰਦੀਆਂ ਵੱਲੋਂ ਮਿਲ ਕੇ ਯੂਨੀਵਰਸਿਟੀ ਨੂੰ ਕੈਂਸਰ ਡਿਟੈਕਸ਼ਨ ਵੈਨ ਦਿੱਤੀ ਜਾਏਗੀ। ਇਹ ਵੈਨ ਪਿੰਡ ਪਿੰਡ ਘੁੰਮੇਗੀ ਤੇ ਲੋਕਾਂ ਦੀ ਕੈਂਸਰ ਦੀ ਬਿਮਾਰੀ ਦੀ ਜਾਂਚ ਕਰੇਗੀ ਤਾਂ ਜੋ ਕੈਂਸਰ ਨੂੰ ਸ਼ੁਰੂਆਤੀ ਪੱਧਰ ਤੇ ਹੀ ਪਛਾਣ ਲਿਆ ਜਾ ਸਕੇ। ਜਿਹੜੇ ਟੌਪ 5 ਕੈਂਸਰ ਹੈ ਉਹ ਹੈ 2 ਫੀਮੇਲਸ ਦੇ ਕੈਂਸਰ, ਬ੍ਰੈਸਟ ਕੈਂਸਰ, ਸਰਵਿਕਸ, ਮੇਲਸ ਦੇ ਵਿੱਚ ਕੋਲੋਰੈਕਟਲ ਕੈਂਸਰ, ਕੈਂਸਰ ਲੰਗ ਐਂਡ ਬੱਕਲ ਕੈਵਿਟੀ ਦਾ ਕੈਂਸਰ। ਇਹ ਸਾਰੇ ਦੇ ਸਾਰੇ ਮਾਸ ਸਕਰੀਨਿੰਗ, ਪ੍ਰੋਸਟੇਟ ਦਾ ਕੈਂਸਰ, ਇਹ ਸਾਰੇ ਦੇ ਸਾਰੇ ਮਾਸ ਸਕਰੀਨਿੰਗ ਰਿਕੁਆਇਰ ਕਰਦੇ ਹੈ। ਮਾਸ ਸਕਰੀਨਿੰਗ ਵਾਸਤੇ ਇੱਕ ਵੈਨ, ਇਹ 15 ਮੀਟਰ ਲੰਬੀ ਵੈਨ ਹੈ, ਇਹ ਜਾਏਗੀ ਜਗ੍ਹਾ ਜਗ੍ਹਾ ਜਾਏਗੀ, ਇਹਦੇ ਨਾਲ ਟੀਮ ਜਾਏਗੀ, ਰੋਟਰੀ ਦੇ ਮੈਂਬਰ ਜਾਣਗੇ, ਉੱਥੇ ਅਵੇਅਰਨੈਸ ਕ੍ਰੀਏਟ ਕੀਤੀ ਜਾਏਗੀ। 4 ਆਰਗੇਨਾਈਜੇਸ਼ਨ, ਤੈਵਾਨ ਦੀ, ਦਿੱਲੀ ਦੀ ਔਰ ਫਰੀਦਕੋਟ ਦੀ, ਔਰ ਸਾਰਿਆਂ ਨੇ ਸਾਰਾ ਯੋਗਦਾਨ ਕਰਕੇ ਇੱਕ ਬੜੀ ਭਾਰੀ ਚੀਜ਼ ਜਿਹੜੀ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੂੰ ਦਿੱਤੀ, ਜਿਹਦੇ ਕਰਕੇ ਅਸੀਂ ਇਹ ਸੋਚਦੇ ਹਾਂ ਕਿ ਇਨੀਸ਼ਲੀ ਫਰੀਦਕੋਟ 'ਚ, ਫਿਰ ਸਾਰੇ ਮਾਲਵਾ 'ਚ, ਫਿਰ ਸਾਰੇ ਪੰਜਾਬ ਦੇ ਅਸੀਂ ਇੱਕ ਇੱਕ ਕੋਰਨਰ 'ਚ ਜਾ ਕੇ ਜਿਹੜੀਆਂ ਸਾਡੀਆਂ ਮਦਰਸ, ਜਿਹੜੀਆਂ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਬ੍ਰੈਸਟ ਕੈਂਸਰ ਦੀ ਪੋਸੀਬਿਲਿਟੀ ਹੈਗੀ ਹੈ, ਉਹ ਅਸੀਂ ਉਹਨਾਂ ਨੂੰ ਐਗਜ਼ਾਮਿਨ ਕਰਾਂਗੇ, ਉਹ ਡਿਟੈਕਟ ਕਰਕੇ ਫਿਰ ਉਹਨਾਂ ਦਾ ਇਲਾਜ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ 'ਚ ਫ੍ਰੀ ਕੀਤਾ ਜਾਏਗਾ। ਪੰਜਾਬ ਵਿੱਚ ਕੈਂਸਰ ਡਿਟੈਕਸ਼ਨ ਵੈਨ ਦੀ ਗਿਣਤੀ ਕਾਫੀ ਘੱਟ ਹੈ। ਦਿੱਲੀ ਤੋਂ ਹੀ ਕਈ ਵਾਰ ਇਸ ਵੈਨ ਨੂੰ ਮੰਗਾਇਆ ਜਾਂਦਾ ਸੀ, ਪਰ ਹੁਣ ਜਲਦ ਹੀ ਬਾਬਾ ਫਰੀਦ ਯੂਨੀਵਰਸਿਟੀ ਕੋਲ ਆਪਣੀ ਵੈਨ ਹੋਏਗੀ ਜਿਸ ਨਾਲ ਕੈਂਸਰ ਦੀ ਜਲਦ ਪਛਾਣ ਕਰਕੇ ਕਈ ਜਾਨਾਂ ਨੂੰ ਬਚਾਇਆ ਜਾ ਸਕੇਗਾ। ਪੂਰਾ ਅਕਤੂਬਰ ਦਾ ਮਹੀਨਾ ਵਰਲਡ ਵੱਲੋਂ, ਪੂਰੇ ਵਿਸ਼ਵ 'ਚ ਵਰਲਡ ਕੈਂਸਰ ਅਵੇਅਰਨੈਸ, ਬ੍ਰੈਸਟ ਕੈਂਸਰ ਅਵੇਅਰਨੈਸ ਮੰਥ ਮਨਾਇਆ ਜਾਂਦਾ। ਉਹ ਸਿਰਫ ਇਸ ਕਰਕੇ ਕਿ ਬ੍ਰੈਸਟ ਕੈਂਸਰ ਅਜਿਹਾ ਕੈਂਸਰ ਹੈ ਜੇ ਆਪਾਂ ਨੂੰ ਮੁੱਢਲੀ ਸਟੇਜ 'ਤੇ ਫੜ ਲਈਏ ਤਾਂ ਮੈਂ ਪਹਿਲਾਂ ਹੀ ਕਿਹਾ ਕਿ 95% ਤੱਕ ਆਪਾਂ ਨੂੰ ਕਿਓਰ ਕਰ ਸਕਦੇ ਹਾਂ। ਤਾਂ ਅਜਿਹੇ 'ਚ ਵੈਨ ਹੋਣ ਨਾਲ ਅਸੀਂ ਬ੍ਰੈਸਟ ਕੈਂਸਰ ਦੇ ਕੇਸਿਸ ਜਿਹੜੇ ਸਾਡੇ ਕੋਲ ਆ ਰਹੇ ਨੇ ਦੂਰ ਦੁਰਾਡੇ ਤੋਂ, ਬੜੀ ਲੇਟ ਸਟੇਜ 'ਤੇ ਆਉਂਦੇ ਨੇ, ਉਹਨਾਂ ਨੂੰ ਅਸੀਂ ਬਹੁਤ ਪਹਿਲਾਂ ਫੜ ਕੇ ਅਤੇ ਉਹਨਾਂ ਨੂੰ ਕਿਓਰ ਦੇ ਸਕਦੇ ਹਾਂ ਉਹਨਾਂ ਨਾਲੋਂ ਜਿਹੜੇ ਕਿ ਸਾਡੇ ਕੋਲ ਲੇਟ ਆਉਂਦੇ ਨੇ। ਅਤੇ ਇਸ ਕਰਕੇ ਇਹਦਾ ਬਹੁਤ ਅਹਿਮ ਰੋਲ ਹੈ ਅਤੇ ਬਹੁਤ ਚੰਗਾ ਸਟੈਪ ਹੈ ਕਿ ਵੈਨ ਦਾ ਆਉਣਾ। ਕੈਂਸਰ ਦੀ ਬਿਮਾਰੀ ਪੰਜਾਬ ਵਿੱਚ ਵੱਡੇ ਪੱਧਰ 'ਤੇ ਫੈਲੀ ਹੋਈ ਹੈ, ਪਰ ਇਸ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ ਜੇਕਰ ਇਸ ਦੀ ਸ਼ੁਰੂਆਤੀ ਪੱਧਰ 'ਤੇ ਹੀ ਪਛਾਣ ਕਰ ਲਈ ਜਾਏ ਅਤੇ ਇਸ ਬਾਰੇ ਹੀ ਇਹ ਵੈਨ ਲੋਕਾਂ ਨੂੰ ਜਾਗਰੂਕ ਕਰੇਗੀ। ਅਮਨਦੀਪ ਲੱਕੀ, PDC ਨਿਊਜ਼, ਫਰੀਦਕੋਟ।